ਉਹ ਤਾਂ ਗੱਲ ਇਹ ਆ ਵੀ ਜਖੜ ਸਾਹਿਬ ਕਿੰਨੇ ਸੌਖੇ ਆ ਬੀਜੇਪੀ ਜਾ ਕੇ ਹੁਣ ਕਿੰਨਾ ਸੌਖਾ ਰਹੂਗਾ ਬੀਜੇਪੀ ਚ ਕੰਮ ਕਰਨਾ ਇਹ ਦਿਨਾਂ ਲੜੇ ਬੜੇ ਲੰਬੇ ਸਮੇਂ ਤੋਂ ਉਹਨਾਂ ਦਾ ਪਰਿਵਾਰ ਲੜਾਈ ਲੜਦਾ ਆਇਆ ਅੱਜ ਉਹਨਾਂ ਵਾਸਤੇ ਔਖਾ ਹੁੰਦਾ ਹੋਊਗਾ ਉਸ ਪਾਰਟੀ ਜਾ ਕੇ ਉਹਨ ਯੂਸੀ ਯੂਨੀਫਾਰਮ ਸਿਵਲ ਕੋਰਟ ਦੀ ਗੱਲ ਆ ਉਹਦੇ ਤੇ ਜਖੜ ਸਾਹਿਬ ਦਾ ਬਿਆਨ ਦੇਖਦੇ ਆ ਕੀ ਆਂਦਾ ਇਹ ਜੇ ਆਰਟਿਸਟ ਦੇ ਤੌਰ ਦੇ ਉੱਤੇ ਬੜੇ ਜ਼ਬਰਦਸਤ ਸਟੇਜ ਆਰਟਿਸਟ ਆ ਬੜੇ ਤਕੜੇ ਐਕਟਰ ਆ ਉਸ ਚੀਜ਼ ਦਾ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਮంత్రి ਜਾ ਕੇ ਹਰ ਚੀਜ਼ ਨੂੰ ਇਵੈਂਟ ਬਣਾ ਕੇ ਹਰ ਚੀਜ਼ ਦਾ ਡਰਾਮਾ ਰਚ ਕੇ ਨਹੀਂ ਮੁੱਖ ਮੰਤਰੀ ਹਰ ਕੰਮ ਕਰਦਾ ਸੀ ਮੁੱਖ ਮੰਤਰੀ ਸੀਰੀਅਸ ਪੋਲਿਟਿਕਸ ਕਰਦੇ ਸੀ ਪਰ ਅੱਜ ਦੇ ਸਮੇਂ ਚ ਇੱਕ ਨੌਨ ਸੀਰੀਅਸ ਪੋਲਿਟਿਕਸ ਚੱਲ ਰਹੀ ਹੈ ਉਹ ਭੈਣ ਜਿਹੜੀ ਜਿਹਨੂੰ ਕੇਜਰੀਵਾਲ ਰਖੜੀ ਬਣ ਕੇ ਗਿਆ ਸੀ ਤੇ ਮੇਰੀ ਭੈਣ ਆ ਸਿੱਪੀ ਸ਼ਰਮਾ ਜੀ ਅੱਜ ਮੈਨੂੰ ਦੱਸੋ ਸਿੱਪੀ ਸ਼ਰਮਾ ਜੀ ਬਾਰੇ ਕੋਈ ਬੋਲ ਰਿਹਾ ਕਿਹਦੀਆਂ ਦੇ ਕੋਲ ਮੀਡੀਆ ਦੇ ਨਾਲ ਮੀਡੀਆ ਦੀ ਵੀ ਵੀ ਮਜਬੂਰੀਆਂ ਹੁੰਦੀਆਂ ਆ ਇਹ ਜਿਆਨ ਨੇ ਜੁੱਠੰਦਾ ਆਪਣਾ ਤਰੀਕਾ ਹੁੰਦਾ ਅੱਛਕਾਲ ਜੀ ਦਾਨ ਮੂਡ ਦੇਖ ਰਿਹਾ ਤੁਸੀਂ ਮੈਂ ਜਗਜੀਤ ਸਿੰਘ ਪੰਜੋਲੀ ਦੇਸ਼ ਦੀ ਸਿਆਸਤ ਜਿਹੜੀ ਹੈ 2024 ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਹੈ ਭਖ ਚੁੱਕੀ ਹੈ ਕਿਉਂਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜਿਹੜੀ ਹੈ ਹਲਚਲ ਕਰਨੀ ਸ਼ੁਰੂ ਕਰ ਦਿੱਤੀ ਹੈ ਚਾਹੇ ਉਮੀਦਵਾਰਾਂ ਦੀ ਚਾਹੇ ਜਿਹੜੀ ਗੱਲ ਕਰੀਏ ਉਹਨਾਂ ਨੂੰ ਲੈ ਕੇ ਤਿਆਰੀ ਜਿਹੜੀ ਹੈ ਉਹ ਚੱਲ ਰਹੀ ਹੈ ਉੱਥੇ ਅਹੁਦੇਦਾਰਾਂ ਨੂੰ ਲੈ ਕੇ ਵੀ ਫੇਰ ਬਦਲ ਹੋਣੇ ਸ਼ੁਰੂ ਹੋ ਗਏ ਆ ਪੰਜਾਬ ਦੇ ਵਿੱਚ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਥਾ ਪੈ ਗਿਆ ਭਾਜਪਾ ਵੱਲੋਂ ਤੇ ਉਹ ਕਾਂਗਰਸ ਪਾਰਟੀ ਦੇ ਵੀ ਸਾਬਕਾ ਪ੍ਰਧਾਨ ਰਹੇ ਐ ਤੇ ਇਸੇ ਤਰ੍ਹਾਂ ਹੀ ਅੱਜ ਕਾਂਗਰਸ ਪਾਰਟੀ ਦੀ ਵੀ ਇੱਕ ਮੀਟਿੰਗ ਹੋਈ ਐ 2024 ਦੀਆਂ ਤਿਆਰੀਆਂ ਨੂੰ ਲੈ ਕੇ ਤੇ ਆਮ ਆਦਮੀ ਪਾਰਟੀ ਵਿਕਾਸ ਦੇ ਨਾਂ ਤੇ ਮੁੱਦਿਆਂ ਦੇ ਨਾਂ ਤੇ ਚੋਣਾਂ ਲੜਨ ਲਈ ਤਿਆਰ ਐ ਸੋ ਇਸ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਮੌਜੂਦ ਨੇ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸੁਨੀਲ ਜਾਖੜ ਹੋਰਾਂ ਨੂੰ ਜਿਵੇਂ ਕਾਂਗਰਸ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹੇ ਹੁਣ ਪੰਜਾਬ ਭਾਜਪਾ ਬਣ ਗਿਆ ਕਿਵੇਂ ਦੇਖਦੇ ਉਹਨਾਂ ਦੀ ਅਹੁਦੇਦਾਰੀ ਨੂੰ ਉਹਨਾਂ ਵਧਾਈ ਹੋਵੇ ਉਹਨਾਂ ਹਰ ਪਾਰਟੀ ਦਾ ਆਪਣਾ ਪ੍ਰਧਾਨ ਹੁੰਦਾ ਕੋਈ ਜਾਖੜ ਸਾਹਿਬ ਬਣ ਜਾਂਦਾ ਜਾਂ ਕੋਈ ਹੋਰ ਬਣ ਜਾਏ ਉਹਦੇ ਨਾਲ ਸਾਨੂੰ ਕੀ ਫਰਕ ਪੈਣਾ ਵਾ ਉਹਦੇ ਨਾਲ ਕੋਈ ਪਾਰਟੀ ਨੇ ਆਪਣਾ ਪ੍ਰਧਾਨ ਚੁਣਨਾ ਵਾ ਉਹਨਾਂ ਕੋਲ ਆਪਣਾ ਹੱਕ ਆ ਤਾਂ ਉਹ ਤਾਂ ਗੱਲ ਇਹ ਆ ਵੀ ਜਾਖੜ ਸਾਹਿਬ ਕਿੰਨੇ ਸੌਖੇ ਆ ਬੀਜੇਪੀ ਜਾ ਕੇ ਹੁਣ ਕਿੰਨਾ ਸੌਖਾ ਰਹੂਗਾ ਬੀਜੇਪੀ ਚ ਕੰਮ ਕਰਨਾ ਲੇਕਿਨ ਰਿਟਾਇਰ ਕਰ ਗਏ ਸੀ ਪਰ ਹੁਣ ਉਹ ਰਿਟਾਇਰਮੈਂਟ ਤੋਂ ਬਾਹਰ ਆ ਗਿਆ ਹੁਣ ਦੇਖਦੇ ਹਾਂ ਕੀ ਹੁੰਦਾ ਜਿਸ ਤਰੀਕੇ ਨਾਲ ਜਾਖੜ ਸਾਹਿਬ ਵੱਖ-ਵੱਖਰੇ ਅਹੁਦਿਆਂ ਤੇ ਰਹੇ ਆ ਜਿਵੇਂ ਪ੍ਰਧਾਨ ਰਾਜਾ ਬੜਿੰਗ ਕਹਿੰਦੇ ਸੀ ਕਿ ਜ ਦੇਖੋ ਮੈਂ ਕਿਸੇ ਤੇ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਠੀਕ ਆ ਜਖੜ ਸਾਹਿਬ ਦੇ ਉੱਤੇ ਇਹਨਾਂ ਦੁੱਖ ਜ਼ਰੂਰ ਲੱਗਦਾ ਵੀ ਉਹ ਕਾਂਗਰਸ ਪਾਰਟੀ 'ਚ ਬੜਾ ਲੰਬਾ ਸਮਾਂ ਰਹੇ ਆ ਇਸ ਇਡੋਲੋਜੀ ਨਾਲ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੇ ਬਜ਼ੁਰਗ ਸਾਰੇ ਇਸ ਇਡੋਲੋਜੀ ਨਾਲ ਸਹਿਮਤ ਰੱਖਦੇ ਆ ਔਰ ਭਾਜਪਾ ਨਾਲ ਬੜਾ ਲੰਬੇ ਸਮੇਂ ਤੋਂ ਉਹਨਾਂ ਦਾ ਪਰਿਵਾਰ ਲੜਾਈ ਲੜਦਾ ਆ ਅੱਜ ਉਹਨਾਂ ਵਾਸਤੇ ਔਖਾ ਹੁੰਦਾ ਹੋਊਗਾ ਉਸ ਪਾਰਟੀ ਜਾ ਕੇ ਉਹ ਯੂਨੀਫਾਰਮ ਸਿਵਲ ਕੋਰਟ ਦੀ ਗੱਲ ਆ ਉਹਦੇ ਤੇ ਜਖੜ ਸਾਹਿਬ ਦਾ ਬਿਆਨ ਵੇਖਦੇ ਆ ਕੀ ਆਂਦਾ ਅੱਜ ਆਪਣਾ ਕੀ ਕਹਿੰਦੇ ਆਉਣ ਵਾਲੇ ਸਮੇਂ 370 ਦੀ ਗੱਲ ਸੀਗੀ ਉਹਦੇ ਤੇ ਜਾਖੜ ਸਾਹਿਬ ਕੀ ਬੋਲਦੇ ਆ ਮinorities ਦੀ ਗੱਲ ਆ ਉਹਦੇ ਤੇ ਜੋ ਭਾਜੀਪੀ ਦਾ ਰੋਖ ਆ ਆਪਾਂ ਸਾਰਿਆਂ ਨੂੰ ਪਤਾ ਵੀ ਕਿਵੇਂ ਐਂਟੀ ਪੰਜਾਬ ਐਂਟੀ ਮinority ਪਾਰਟੀ ਰਹੀ ਹੈ ਹਮੇਸ਼ਾ ਸੋ ਇਸ ਕਰਕੇ ਆਉਣ ਵਾਲੇ ਸਮਾਂ ਦੱਸੂਗਾ ਵੀ ਇਹ ਵੀ ਜਾਖੜ ਸਾਹਿਬ ਕੀ ਵਾਕਏ ਉਸ ਬੇਬਾਕੀ ਨਾਲ ਔਰ ਸਪਸ਼ਟਤਾ ਦੇ ਨਾਲ ਗੱਲ ਕਰ ਸਕਣਗੇ ਜਾਂ ਭਾਜੀਪੀ ਦੇ ਨਾਲ ਜਾ ਕੇ ਭਾਜੀਪੀ ਦੇ ਏਜੰਡੇ ਦੇ ਉੱਤੇ ਖੜੇ ਹੋ ਜਾਣਗੇ ਤੁঝে ਬਸੇ ਜੇ ਆਪ ਸਦਾਤਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਉਹਨਾਂ ਵੱਲੋਂ ਵੀ 2024 ਨੂੰ ਲੈ ਕੇ ਤਿਆਰੀਆਂ ਜਿਹੜੀਆਂ ਅੰਦਰ ਖਾਤੇ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਜਿਵੇਂ ਭਗਵੰਤ ਮਾਨ ਕਹਿ ਰਹੇ ਸੀ ਲੋਕਾਂ ਦੇ ਮੁੱਦੇ ਲਗਾਤਾਰ ਹੱਲ ਕਰਾਂ ਲੋਕਾਂ ਲਈ ਬਾਹਰ ਨਿਕਲ ਰਹੇ ਆ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਜਿੰਨਾ 4 ਸਾਲ ਚ ਨਹੀਂ ਨਿਕਲਿਆ ਮੈਂ 4 ਦਿਨ ਚ ਨਿਕਲਿਆ ਹੁਣਾ ਤੇ ਜਿਵੇਂ ਹੁਣ ਟੋਲ ਪਲਾਜੇ ਦੀ ਗੱਲ ਕਰੀ ਟੋਲ ਪਲਾਜਾ ਬੰਦ ਕਰਨ ਆਪ ਜਾਂਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਤੇ ਕਿੱਥੋਂ ਸੀ ਮਤਲਬ ਤੁਸੀਂ ਇਹ ਦੱਸੋ ਮੈਂ ਤੁਸੀਂ ਇਹਨਾਂ ਦੀਆਂ ਗੱਲਾਂ ਤੇ ਕਿੱਥੇ ਵਿਸ਼ਵਾਸ ਕਰ ਲਈਆਂ ਜਿੰਨਾ ਉਹ 4 ਸਾਲਾਂ ਚ ਨਿਕ ਇਹ ਕਮਸ਼ਕਰੀਆਂ ਵਾਂ ਇੱਕ ਹਾਸੇ ਹੋਣ ਗੱਲਾਂ ਵਾਂ ਇੱਕ ਸਟੇਜ ਆਰਟਿਸਟ ਦੇ ਤੌਰ ਦੇ ਉੱਤੇ ਬੜੇ ਜ਼ਬਰਦਸਤ ਸਟੇਜ ਆਰਟਿਸਟ ਆ ਬੜੇ ਤਗੜੇ ਐਕਟਰ ਆ ਉਸ ਚੀਜ਼ ਦਾ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਲੇਕਿਨ ਅਗਰ ਮੁੱਦਿਆਂ ਦੀ ਗੱਲ ਕਰੋ ਪਾਲਸੀਆਂ ਦੀ ਗੱਲ ਕਰੋ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੋ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੋ ਉੱਥੇ ਬਹੁਤ ਬੁਰੀ ਤਰ੍ਹਾਂ ਫੇਲ ਹੋ ਰਿਹਾ ਅੱਜ ਪੰਜਾਬ ਦੇ ਹਸਪਤਾਲਾਂ ਦਾ ਕੀ ਹਾਲ ਆ ਥੋੜੇ ਦਿਨ ਪਹਿਲਾਂ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ 29000 ਨੌਕਰੀਆਂ ਦਾ ਇਹਨਾਂ ਦਾ ਖੁਲਾਸਾ ਕੀਤਾ ਸੀ 230 ਨੌਕਰੀਆਂ ਨਿਕਲੀਆਂ ਸਾਰੀਆਂ ਇੰਨਾ ਝੂਠ ਬੋਲਣਾ ਉਹ ਇਹਨਾਂ ਤੋਂ ਉਹਦੇ ਵਿੱਚ ਜਾ ਕੇ ਉੱਥੇ ਫੀਤਾ ਜਾ ਕੇ ਬੰਦ ਕਰਾਣਾ ਔਰ ਜਿਹੜੇ ਕਾਂਗਰਸ ਪਾਰਟੀ ਦੇ ਬਣਾਏ ਹੋਏ ਬੱਸ ਸਟੈਂਡ ਆ ਉਹਨਾਂ ਦੇ ਜਾ ਕੇ ਫੀਤੇ ਕੱਟਦੇ ਨੇ ਕਾਂਗਰਸ ਪਾਰਟੀ ਦੀਆਂ ਹੋਈਆਂ ਬਿਲਡਿੰਗਾਂ ਤੇ ਜਾ ਕੇ ਫੀਤੇ ਕੱਟ ਕੇ ਆਰਡਰ ਦਿੱਤੇ ਹੁੰਦੇ ਆ ਪੁਰਾਣੇ ਸਾਮਾ ਦੇ ਵਿੱਚ ਹਰ ਚੀਜ਼ ਨੂੰ ਇਵੈਂਟ ਬਣਾ ਕੇ ਪੇਸ਼ ਕਰਨਾ ਹਰ ਚੀਜ਼ ਨੂੰ ਮਤਲਬ ਲੋਕਾਂ ਦੇ ਵਿੱਚ ਆਏ ਪੇਸ਼ ਕਰਨਾ ਵੀ ਮੈਂ ਹੀ ਮੈਂ ਵੀ ਮੇਰੇ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ ਉਹ ਲੋਕਾਂ ਨੂੰ ਸਭ ਕੁਝ ਦਿਖਦਾ ਵਾ ਤੁਸੀਂ ਥੋੜੀ ਦਿਰ ਤੁਹਾਡਾ ਡਰਾਮਾ ਚੱਲ ਸਕਦਾ ਵਾ ਲੰਬੇ ਸਮੇਂ ਡਰਾਮਾ ਕਦੀ ਨਹੀਂ ਚੱਲਦਾ ਹੁੰਦਾ ਲੰਬੇ ਸਮੇਂ ਸੱਚਾਈ ਦੀ ਗੱਲ ਅੱਗੇ ਆਉਗੀ ਟੋਲ ਪਿਆ ਪਲਾਜਾਂ ਦੀ ਜਦੋਂ ਮਿਆਦ ਕਹਿੰਦੇ ਮੁੱਕ ਜਾਂਦੀ ਹੈ ਤਾਂ ਉਹ ਤੋਂ ਬਾਅਦ ਪਹਿਲੇ ਪਾਰਟੀਆਂ ਕੀ ਕਰਦੀਆਂ ਸੀ ਚਾਹ ਕਾਂਗਰਸ ਆ ਚਾਹ ਅਕਾਲੀ ਦਲ ਉਹ ਹਿੱਸੇਦਾਰੀਆਂ ਪਾ ਲੈਂਦੇ ਸੀਗੇ ਤਾਂ ਕਰਕੇ ਟੋਲ ਪਲਾਜੇ ਲੰਮਾ ਸਮਾਂ ਚੱਲਦੇ ਰਹਿੰਦੇ ਸੀ ਤੇ ਬੰਦ ਨਹੀਂ ਪਰ ਹੁਣ ਕਹਿੰਦੇ ਜਦੋਂ ਮੇਰੇ ਕੋਲ ਲਿਸਟ ਆਈ ਹੋਈ ਹੈ ਜਿਹੜੀ ਮਿਨ ਤਰੀਕ ਲੰਘ ਜਾਂਦੀ ਹੈ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਮੈਂ ਬੰਦ ਕਰਵਾ ਦੂੰ ਇਹ ਤੁਹਾਡਾ ਬਿਆਨ ਹੈ ਕਿ ਉਹਨ ਉਹ ਤਾਂ ਆਪਣੀਆਂ ਪਾਰਟੀਆਂ ਨੂੰ ਭੰਡਦੇ ਹੀ ਆ ਦੂਜੀ ਪਾਰਟੀਆਂ ਨੂੰ ਉਦੋਂ ਮੁੱਖ ਮੰਤਰੀ ਜਾ ਕੇ ਟੋਲ ਪਲਾਜ਼ੇ ਨਹੀਂ ਬੰਦ ਕਰਾਂਦਾ ਸੀ ਕੋਈ ਵੀ ਮੁੱਖ ਮੰਤਰੀ ਜਾ ਕੇ ਹਰ ਚੀਜ਼ ਨੂੰ ਇਵੈਂਟ ਬਣਾ ਕੇ ਹਰ ਚੀਜ਼ ਦਾ ਡਰਾਮਾ ਰਚ ਕੇ ਨਹੀਂ ਮੁੱਖ ਮੰਤਰੀ ਹਰ ਕੰਮ ਕਰਦਾ ਸੀ ਮੁੱਖ ਮੰਤਰੀ ਸੀਰੀਅਸ ਪੋਲਿਟਿਕਸ ਕਰਦੇ ਸੀ ਔਰ ਅੱਜ ਦੇ ਸਮੇਂ ਚ ਇੱਕ ਨੌਨ ਸੀਰੀਅਸ ਪੋਲਿਟਿਕਸ ਚੱਲ ਰਹੀ ਆ ਜਿਹਦੇ ਵਿੱਚ ਭੰਡ ਪ੍ਰਚਾਰ ਕਿਸੇ ਦੀ ਨਿੱਜੀ ਜ਼ਿੰਦਗੀਆਂ ਦੇ ਉੱਤੇ ਟਿੱਪਣੀਆਂ ਕਿਸੇ ਬਾਰੇ ਮਤਲਬ ਕੈਰੈਕਟਰ ਅਸੈਸੀਨੇਟ ਕਰਨਾ ਔਰ ਪੰਜਾਬ ਦੇ ਜਿਹੜੇ ਵੱਡੇ ਮੁੱਦੇ ਆ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਰਹੇ ਆ ਉਹਨਾਂ ਦੇ ਬਾਰੇ ਤਾਂ ਗੱਲ ਹੀ ਨਹੀਂ ਹੋ ਰਹੀ ਹੁਣੇ ਥੋੜੇ ਦਿਨ ਪਹਿਰੋ ਟੀਚਰ ਕੁੱਟੇ ਗਏ ਮਾਸਟਰਾਂ ਦੇ ਮੁੰਡੇ ਮਾਸਟਰ ਦੇ ਮੁੰਡਾ ਮਾਸਟਰ ਦਾ ਮੁੰਡਾ ਮਾਸਟਰ ਦਾ ਮੁੰਡਾ ਕਹ ਕੇ ਮਾਸਟਰਾਂ ਨੂੰ ਕਟਾਰਿਆ ਜਿਹੜਾ ਕਹਿੰਦਾ ਸੀ ਵੀ ਪੱਗਾਂ ਲੱਥਣਗੀਆਂ ਨਹੀਂ ਟੈਂਕੀਆਂ ਤੇ ਲੋਕ ਚੜਨਗੇ ਨਹੀਂ ਪਾਣੀ ਦੀਆਂ ਬਿਚਾਰਾਂ ਨੇ ਪੈਣਗੀਆਂ ਨਹੀਂ ਤੇ ਉਹਨਾਂ ਬਾਰੇ ਅੱਜ ਤੱਕ ਭਗਵੰਤ ਮਾਨ ਨੇ ਬਿਆਨ ਦਿੱਤਾ ਵੀ ਕਿੰਨੀ ਵਾਰ ਮਾਸਟਰ ਦੇ ਮੁੰਡੇ ਨੇ ਮਾਸਟਰ ਦੇ ਮੁੰਡੇ ਕਟਾਏ ਅੱਜ ਤੱਕ ਭਗਵੰਤ ਮਾਨ ਨੇ ਬਿਆਨ ਦਿੱਤਾ ਕਿੰਨੇ ਮਾਸਟਰ ਦੇ ਮੁੰਡੇ ਦੇ ਰਾਜ ਦੇ ਵਿੱਚ ਜਦੋਂ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਸੀ ਉਦੋਂ ਕਿੰਨੇ ਬੰਦੇ ਟੈਂਕੀਆਂ ਤੇ ਚੜ੍ਹੇ ਕਿੰਨਿਆਂ ਉਹ ਭੈਣ ਜਿਹੜੀ ਜਿਹਨੂੰ ਕੇਜਰੀਵਾਲ ਰਖੜੀ ਬਣ ਕੇ ਗਿਆ ਸੀ ਤੂੰ ਮੇਰੀ ਭੈਣ ਆ ਸਿੱਪੀ ਸ਼ਰਮਾ ਜੀ ਅੱਜ ਮੈਨੂੰ ਦੱਸੋ ਸਿੱਪੀ ਸ਼ਰਮਾ ਜੀ ਬਾਰੇ ਕੋਈ ਬੋਲ ਰਿਹਾ ਅੱਜ ਸਿੱਪੀ ਸ਼ਰਮਾ ਜੀ ਫਿਰ ਟੈਂਕੀ ਤੇ ਚੜੇ ਹੋਇਆ ਅੱਜ ਕਿਤੇ ਗੱਲ ਆ ਰਹੀ ਆ ਸੋ ਇਸ ਕਰਕੇ ਇਹ ਜੜੀਆਂ ਗੱਲਾਂ ਵਾ ਨਾ ਇਹ ਭਗਵੰਤ ਮਾਨ ਸਾਹਿਬ ਨਾ ਕਰਨ ਸਿਲੈਕਟਿਵ ਰਾਜਨੀਤੀ ਜਿਹੜੀ ਆ ਨਾ ਇਹ ਨਾ ਕਰਨ ਸਭ ਜਿਹੜਾ ਪਿਛਲੇ ਦਿਨੀ মিডিਆ ਵਾਲਾ ਮੁੱਦਾ ਪਖਿਆ ਕਾਂਗਰਸ ਪਾਰਟੀ ਨੇ ਦੋ ਨਿੱਜੀ ਚੈਨਲ ਵੀ ਬੈਨ ਕੀਤਾ ਵੀ ਇਹਨਾਂ ਦੇ ਬਾਈਕਾਟ ਕੀਤਾ ਤੇ ਉਹ ਉਹ ਕੀ ਦੇਖਦੇ ਹੋ ਕਿਵੇਂ ਦੇਖਦੇ ਹੋ মিডিਆ ਆ ਪਹਿਲਾਂ ਇਹ ਸਮਾਂ ਹੁੰਦਾ ਸੀ ਕਿ মিডিਆ ادارے ਰਾਜਨੀਤਿਕ ਪਾਰਟੀਆਂ ਜਦੋਂ ਕਿਤੇ ਨਾ ਧੱਕਾ ਕਰਦੀ ਸੀ ਤਾਂ ਵਿਰੋਧ ਰੋਕ ਲਾਉਂਦੇ ਸੀਗੇ ਬਾਈਕਾਟ ਕਰ ਦਿੰਦੇ ਸੀਗੇ ਪਰ ਹੁਣ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਕਾਂਗਰਸ ਨੂੰ মিডিਆ ਚੈਨਲਾਂ ਦਾ ਬਾਈਕਾਟ ਕਰਨਾ ਪਿਆ ਦੇਖੋ ਪ੍ਰਧਾਨਜੀ ਦਾ ਫੈਸਲਾ ਮੈਂ ਉਹਦੇ ਤੇ ਬੋਲਣਾ ਨਹੀਂ ਚਾਹੁੰਦਾ ਹਾਲੇ ਕਿ ਮੇਰੀ ਇੱਕ ਆਪ ਦੀ ਇੱਕ ਸੋਚ ਆ ਵੀ মিডিਆ ਦੇ ਕੋਲ মিডিਆ ਦੇ ਨਾਲ ਮੀਡੀਆ ਦੀ ਵੀ ਵੀ ਮਜਬੂਰੀਆਂ ਹੁੰਦੀਆਂ ਮੀਡੀਆ ਨਾਲ ਨਜਿੱਠਣ ਦਾ ਇੱਕ ਆਪਣਾ ਤਰੀਕਾ ਹੁੰਦਾ ਪ੍ਰਧਾਨ ਦਾ ਫੈਸਲਾ ਬਾਸੋ ਇਸ ਕਰਕੇ ਮੈਨੂੰ ਬੇਰੇ ਹਿਸਾਬ ਨਾਲ ਉਹਦੇ ਤੇ ਬੋਲਣਾ ਠੀਕ ਨਹੀਂ ਰਹੂਗਾ ਲੇਕਿਨ ਮੈਨੂੰ ਲੱਗਦਾ ਵੀ ਸ਼ਾਇਦ ਇਸ ਚੀਜ਼ ਦਾ ਕੋਈ ਨਾ ਕੋਈ ਹੋਰ ਹੱਲ ਕੱਢ ਲੈਂਦੇ ਤੇ ਜ਼ਿਆਦਾ ਵਧੀਆ ਸੀ ਇੱਕ ਤੁਸੀਂ ਜੂਥ ਦੇ ਪ੍ਰਧਾਨੋਂ ਪੰਜਾਬ ਦਾ ਜੂਥ ਜਿਹੜਾ ਵਿਦੇਸ਼ਾਂ ਜਾ ਰਿਹਾ ਤੇ ਭਗਵੰਤ ਮਾਨ ਇਸ ਗੱਲ ਤੇ ਚਿੰਤਾ ਜਤਾ ਰਹੇ ਹੈ ਕਿ ਜੂਥ ਜਿਹੜਾ ਵਾਪਸ ਆਊਗਾ ਉਹ ਉਹਨੂੰ ਕਿਵੇਂ ਦੇਖਦੇ ਹੋ ਕਿ ਜੂਥ ਬਾਹਰ ਜਾ ਰਿਹਾ ਹੈ ਕੀ ਕਾਰਨ ਹੈ ਹੋੜ ਕਿਉਂ ਲੱਗੀ ਹੋਈ ਹੈ ਬਾਹਰ ਜਾਣ ਦੀ ਤੇ ਇੱਧਰ ਜਿਹੜਾ ਹੈਗਾ ਭਵਿੱਖ ਤੁਸੀਂ ਕਿਵੇਂ ਦੇਖਦੇ ਹੋ ਜੂਥ ਦਾ ਇਹਦੇ ਕੋਲ ਮੇਰਾ ਮੇਰੇ ਕੋਲ ਕੋਈ ਜਵਾਬ ਨਹੀਂ ਹੈਗਾ ਸੱਚੀ ਮਾਨੇਜ ਮੈਨੂੰ ਆਪ ਨੂੰ ਸਮਝ ਨਹੀਂ ਪੈ ਰਹੀ ਵੀ ਨੌਜਵਾਨ ਇੰਨੀ ਵੱਡੀ ਪੱਦਰ ਦੇ ਉੱਤੇ ਕਿਉਂ ਬਾਹਰ ਜਾ ਰਿਹਾ ਇਸ ਚੀਜ਼ ਬਾਰੇ ਸੋਚਣਾ ਪਊਗਾ ਬਲੂ ਇਹ ਕੌਣ ਸੋਚੂਗਾ ਮੀਡੀਆਦਾਰੇ ਸੋਚਣਗੇ ਰਾਜਨੀਤੀ ਲੋਕ ਸੋਚਣਗੇ ਅਰਥਸ਼ਾਸਤਰੀ ਸੋਚਣਗੇ ਕੌਣ ਸੋਚੂਗਾ ਇਹਦੇ ਵਿੱਚ ਮੇਰੇ ਸਾ ਬੁੱਧੀਜੀਵਾਂ ਨੂੰ ਸੋਚਣਾ ਚਾਹੀਦਾ ਇਹਦੇ ਤੇ ਕੋਈ ਨਾ ਕੋਈ ਪੇਪਰ ਲਿਖਿਆ ਜਾਣਾ ਚਾਹੀਦਾ ਇਹਦੇ ਬਾਰੇ ਲੋਕਾਂ ਚ ਪ੍ਰਚਾਰ ਹੋਣਾ ਚਾਹੀਦਾ ਵੀ ਬਾਹਰ ਦੇ ਹਾਲਾਤਾਂ ਨੂੰ ਦਿਖਾਣਾ ਚਾਹੀਦਾ ਵੀ ਬਾਹਰ ਜਾ ਕੇ ਆਪਾਂ ਵੀ ਲੇਬਰ ਕਰਨੀ ਆ ਉਹ ਉਹ ਜੀ ਸਕਿਲਡ ਲੇਬਰ ਤੋਂ ਵੱਧ ਵਧੀਆ ਕੰਮ ਆਪਣੇ ਕੋਲ ਇੱਥੇ ਹੈਗਾ ਵਾ ਇੱਥੇ ਵਧੀਆ ਜੌਬ ਅਪੋਰਚ्युनिटीज ਕ੍ਰੀਏਟ ਹੋਣੇ ਚਾਹੀਦੇ ਲੇਕਿਨ ਇਸ ਮੁੱਦੇ ਦੇ ਇਹ ਬੜਾ ਭੱਖ ਦਾ ਮੁੱਦਾ ਵਾ ਬੜਾ ਇੰਪੋਰਟੈਂਟ ਮੁੱਦਾ ਵਾ ਜਿਹਦੇ ਬਾਰੇ ਮੇਰੇ ਹਿਸਾਬ ਨਾਲ ਮੈਂ ਇਨਾ ਐਕਸਪਰਟ ਨਹੀਂ ਆ ਲੇਕਿਨ ਐਕਸਪਰਟਸ ਨੂੰ ਹੋਰ ਲੋਕਾਂ ਨੂੰ ਸਿਰ ਸੁੱਟ ਕੇ ਗੱਲ ਕਰਨੀ ਪਊਗੀ ਮੁੱਖ ਮੰਤਰੀਆਂ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਆਪੋਜੀਸ਼ਨ ਪਾਰਟੀਆਂ ਨੂੰ ਇਹਦੇ ਉੱਤੇ ਇੱਕਜੁੱਟ ਹੋ ਕੇ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਣਾ ਪਊਗਾ ਨਹੀਂ ਤਾਂ ਪੰਜਾਬ ਉਜੜ ਜਾਊਗਾ ਉਹ ਪੰਜਾਬੀਆਂ ਦਾ ਪੰਜਾਬ ਜਿਹਦੇ ਕਰਕੇ ਇਹ ਸੂਬਾ ਬਣਿਆ ਸੀਗਾ ਉਹ ਵਾਕਈ ਪੰਜਾਬ ਨਹੀਂ ਰਹਿਣਾ ਔਰ ਲੋਕੀ ਇੱਥੇ ਆ ਕੇ ਵਸ ਹੀ ਜਾਣਾ ਤੇ ਬਾਕੀ ਸੂਬਿਆਂ ਤੋਂ ਲੋਕ ਆ ਕੇ ਵਸ ਜਾਣਗੇ ਫਿਰ ਉਹ ਪੰਜਾਬੀ ਸੂਬਾ ਨਹੀਂ ਫਿਰ ਇਹ ਹੋਰ ਸੂਬਾ ਬਣ ਜਾਊਗਾ ਇੱਕ ਜਿਹੜਾ ਆਪਾਂ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮਾਹੌਲ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਅਸੀਂ ਲੋਕਾਂ ਦੇ ਮੁੱਦੇ ਜਿਹੜੇ ਨੇ ਹੱਲ ਕਰ ਰਹੇ ਹਾਂ ਤੇ ਬਿਜਲੀ ਦੀ ਗਰੰਟੀ ਉਹ ਕਹਿੰਦੇ ਸੀ ਪੂਰੀ ਕਰਤੀ ਪਹਿਲੇ ਸਾਲ ਦੇ ਵਿੱਚ ਹੀ ਤੇ ਪਹਿਲੇ ਕੁਝ ਮਹੀਨਿਆਂ ਦੇ ਵਿੱਚ ਹੀ ਉਹ ਗਰੰਟੀ ਨੂੰ ਕਿਵੇਂ ਦੇਖ ਰਹੇ ਹੋ ਫ੍ਰੀ ਵੀ ਲੋਕ ਜਿਹੜੀ ਹੈ ਮੁਫਤ ਦੀ ਬਿਜਲੀ ਮਿਲ ਰਹੀ ਹੈ ਦੇਖੋ ਲੋਕਾਂ ਨੂੰ ਤਾਂ ਉਹਦਾ ਸਹੂਲਤ ਮਿਲ ਹੀ ਰਹੀ ਆ ਲੇਕਿਨ ਉਹਦੇ ਨਾਲ ਸਟੇਟ ਦਾ ਨੁਕਸਾਨ ਹੋ ਰਿਹਾ ਸਟੇਟ ਦੇ ਵਿੱਚ ਅੱਜ ਕਰਜ਼ਾ ਇੰਨਾ ਜ਼ਿਆਦਾ ਹੈਗਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਤਨਖਾਹਾਂ ਦੇਣੀਆਂ ਔਖੀਆਂ ਹੋ ਜਾਣਗੀਆਂ ਔਰ ਇਹਦੇ ਰੀਪਰਕਸੈਨਸ ਜਿਹੜੇ ਆਉਣ ਵਾਲੇ 3 4 5 ਸਾਲਾਂ 'ਚ ਫਿਰ ਆਪਾਂ ਮੁੰਡੇ ਬਾਹਰ ਕਿਉਂ ਜਦੋਂ ਸਟੇਟ ਕੋਲ ਪੈਸਾ ਹੀ ਨਹੀਂ ਹੈ ਕਿ ਕਿਤੇ ਨੌਕਰੀਆਂ ਕ੍ਰੀਏਟ ਕਰਨ ਦਾ ਕੁਝ ਅਫਸਰ ਦੇਣ ਦਾ ਉਹਨਾਂ ਨੇ ਤਾਂ ਜੋ ਪੈਸਾ ਦੇਣਾ ਵਾ ਉਹ ਜਾਂ ਤਾਂ 10000 ਕਰੋੜ 12000 ਕਰੋੜ ਕਿਤੇ ਇੰਸਟੀਟਿਊਸ਼ਨ ਤੇ ਲਾ ਕੇ ਉਹਨੂੰ ਖੜਾ ਕਰ ਦੇਣ ਜਾਂ ਤਾਂ ਉਹ 10 12000 ਕਰੋੜ ਦੀ ਜਿਹੜੀ ਸਬਸਿਡੀ ਆ ਉਹ ਤੁਸੀਂ ਲੋਕਾਂ 'ਚ ਐ ਕਰਕੇ 3 300 3 3 4 4000 ਕਰਕੇ ਵੰਡ ਦੋ ਜਾਂ ਸਟੇਟ ਉਹ ਪੈਸਾ ਕਿਸੇ ਇੰਸਟੀਟਿਊਸ਼ਨ ਨੂੰ ਕਿਸੇ ਆਪਣਾ ਆਪਣੇ ਜਿਹੜੇ ਸਟੇਟ ਦੇ ਉਹਨਾਂ ਦੇ ਏਡੇ ਵੱਡੇ ਵੱਡੇ ਦਾਇਰੇ ਆ ਉਹਨਾਂ ਵਿੱਚ ਪੰਪ ਕਰਕੇ ਉਹਨਾਂ ਨੂੰ ਬਿਹਤਰ ਕਰਕੇ ਉੱਥੇ ਜੌਬਸ ਦੀ ਓਪਰਚ्युनिटी ਕ੍ਰੀਏਟ ਕਰਨ ਸੋ ਮੇਰੇ ਹਿਸਾਬ ਨਾਲੇ ਫਰੀ ਬੀਜ਼ ਦੀ ਰਾਜਨੀਤੀ ਅੱਜ ਦੇ ਸਮੇਂ ਚ ਜ਼ਰੂਰ ਦੇਸ਼ ਵਿੱਚ ਭਾਰੀ ਪੈਰੀ ਆ ਲੇਕਿਨ ਇਹਦਾ ਕੋਈ ਨਾ ਕੋਈ ਸੋਲੂਸ਼ਨ ਇਹ ਲੌਂਗ ਟਰਮ ਸੋਲੂਸ਼ਨ ਨਹੀਂ ਆ ਸ਼ਾਰਟ ਟਰਮ ਸੋਲੂਸ਼ਨਸ ਆ ਇਹਦਾ ਅੱਜ ਤੱਕ ਜ਼ਰੂਰ ਲੋਕ ਵੋਟਾਂ ਪਾਦਣਗੇ ਲੇਕਿਨ ਅਲਟੀਮੇਟਲੀ ਆਉਣ ਵਾਲੇ ਟਾਈਮ ਦੇ ਵਿੱਚ ਸਟੇਟ ਦੇ ਉੱਤੇ ਦੇਸ਼ ਦੇ ਉੱਤੇ ਇਨਾਂ ਚੀਜ਼ਾਂ ਦਾ ਫਰਕ ਪਾਊਗਾ ਇੱਕ ਲਾਸਟ ਸਵਾਲ ਆ ਕਿ ਰੇਤੇ ਨੂੰ ਲੈ ਕੇ ਜਿਵੇਂ ਪਿਛਲੀਆਂ ਸਰਕਾਰਾਂ ਦੇ ਹੁਣ ਤਾਂ ਤੁਹਾਡਾ ਜਿਹੜਾ ਇਲਾਕਾ ਹੈਗਾ ਉਹ ਵੀ ਨੰਦਪੁਰ ਸਾਹਿਬ ਦੀ ਏਰੀਆ ਦਾ ਹੈਗਾ ਤਾਂ ਰੇਤੇ ਦਾ ਕੀ ਹਾਲਾਤ ਨੇ ਉੱਥੇ ਰੇਤਾ ਕਿਵੇਂ ਲੋਕਾਂ ਨੂੰ ਮਿਲ ਰਿਹਾ ਹੈ ਕੀ ਦੇਖਦੇ ਹਾਂ ਕਿਵੇਂ ਮਿਲਦਾ ਪਹਿਲਾਂ ਤਾਂ ਆਪਣਾ ਕੀ ਕਹਿੰਦੇ ਜਿਹੜਾ ਮਾਫੀਆ ਸੀਗਾ ਹੁਣ ਤਾਂ ਇਸ ਤੋਂ ਵੱਡਾ ਮਾਫੀਆ ਬਣ ਗਿਆ ਵਾ ਹੁਣ ਅਗਰ ਤੁਸੀਂ ਰੇਤੇ ਦੇ ਵਿੱਚ ਵੇਖੋ ਜਿਹੜੇ ਅਫਸਰ ਆ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਦੇ ਲੋਕਲ ਐਮਐਲਏ ਉਹਨਾਂ ਨੇ ਤਾਂ ਨੇੜੀ ਠਾਤੀ ਆ ਤੁਸੀਂ ਰੋਪੜ ਜਾ ਕੇ ਕਿਸੇ ਤੋਂ ਪੁੱਛ ਲਓ ਹਰ ਕ੍ਰੈਸ਼ਰ ਵਾਲ ਯੂਨਿਟ ਤੋਂ ਹਰ ਬੰਦੇ ਦੇ ਉੱਤੇ ਕੁਝ ਨਾ ਕੁਝ ਪੈਸੇ ਉਹ ਲੱਤੇ ਜਾ ਰਹੇ ਆ ਸੋ ਇਹ ਮੁੱਦਿਆਂ ਦੇ ਉੱਤੇ ਮੈਂ ਫਿਰ ਤੁਹਾਨੂੰ ਗੱਲ ਪਾਰਟਸ ਦੀ ਗੱਲ ਔਰ ਲੋਕਾਂ ਦੀ ਗੱਲ ਜਾ ਕੇ ਆਪਾਂ ਲੋਕਾਂ ਵਿੱਚ ਕਰੀਏ ਮੈਂ ਆਪੋਜੀਸ਼ਨ ਪਾਰਟੀਆਂ ਮੈਂ ਪਹਿਲਾਂ ਦੂਜੀ ਆਪੋਜੀਸ਼ਨ ਪਾਰਟੀਆਂ ਨੂੰ ਸੜਤੇ ਇਲਜ਼ਾਮ ਲਾਉਂਦੀ ਸੀ ਅਸੀਂ ਇਨਾ ਤੇ ਇਲਜ਼ਾਮ ਲਾਉਂਦੇ ਤਾਂ ਸੋਲੂਸ਼ਨ ਕੌਣ ਦੇਊਗਾ ਜਿਹੜਾ 20000 ਕਰੋੜ ਦੀ ਗੱਲ ਕਰਦੇ ਸੀ ਆ ਗਿਆ 20000 ਕਰੋੜ 350 400 ਕਰੋੜ ਤੋਂ ਵੱਧ ਨਾ ਰੁਪਈਆ ਆਣਾ ਵਾ ਨਾ ਆਊਗਾ ਔਰ ਇਹ ਆਣ ਵਾਲਾ ਸਮੇਂ ਦੇ ਵਿੱਚ ਲੋਕਾਂ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਵੀ ਇਹ ਕਿੰਨਾ ਝੂਠ ਮਾਰਦੇ ਸੀ ਠੀਕ ਹੈ ਸ਼ੁਕਰੀਆ ਸੋ ਇਹ ਸੀਗੇ ਜੂਤ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨਾਲ ਪੰਜਾਬ ਦੇ ਜਿਹੜੇ ਚਲੰਤ ਵਿਸ਼ੇ ਹੈਗੇ ਨੇ, 이슈 ਹੈਗੇ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਹੈ। ਸੋ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਬਹੁਤ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲਾਏ ਆ। ਫਿਲਹਾਲ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਦੇਵ ਦੇ ਨਾਲ ਜਗਜੀਤ ਸਿੰਘ ਪੰਜੋਲੀ ਚੰਡੀਗੜ੍ਹ।